ਜਿਕਰ ਕੁਝ ਕਾਰਨਾ ਕਰਕੇ ਤੁਹਾਨੂੰ ਲੰਬੇ ਸਮੇਂ ਤੋਂ ਸਿਨੇਮਾ ਘਰ ਜਾਣ ਦਾ ਮੌਕਾ ਨਹੀਂ ਮਿਲਿਆ ਫਿਲਮ ਦੇਖਣ ਦਾ ਮੌਕਾ ਨਹੀਂ ਮਿਲਿਆ ਤਾਂ ਅੱਜ ਤੁਹਾਡੇ ਕੋਲ ਇੱਕ ਬਹੁਤ ਵਧੀਆ ਮੌਕਾ ਹੈ ਕਿਉਂਕਿ ਰਾਸ਼ਟਰੀ ਸਿਨੇਮਾ ਦੇਸ ਅਤੇ ਸਿਨੇਮਾ ਘਰਾਂ ਵਿੱਚ ਟਿਕਟਾਂ ਸਿਰਫ 99 ਰੁਪਏ ਵਿੱਚ లਬਧ ਹੋਣੀਆਂ ਨੇ ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ ਜਾਨੀ ਕਿ ਐਮਏਆਈ ਦੁਆਰਾ ਭਾਰਤ ਵਿੱਚ ਪਹਿਲੀ ਵਾਰ 23 ਸਤੰਬਰ 2022 ਨੂੰ ਬਣਾਇਆ ਗਿਆ ਸੀ ਇਹ ਦਿਨ ਹੁਣ ਇੱਕ ਮੌਕਾ ਬਣ ਗਿਆ ਹੈ ਸਿਨੇਮਾ ਫੈਇਰ ਨੂੰ ਇਕੱਠੇ ਲਿਆਉਣ ਲਈ ਇਸ ਸਿਨੇਮਾ ਦੇਸ਼ ਟ੍ਰਾਈ ਸਿਟੀ ਨਿਵਾਸੀਆਂ ਲਈ ਕੁਝ ਸ਼ਾਨਦਾਰ ਸਰਲੇਖਣ ਜਿਵੇਂ ਕਿ ਵੱਡੀ ਸਕਰੀਨ ਦਾ ਅਨੁਭਵ ਕਰਨ ਵਾਸਤੇ ਛਤਰੀ 2 ਨੂੰ ਹੋਂ ਤੱਕ ਸਭ ਤੋਂ ਸਫਲ ਹਿੰਦੀ ਫਿਲਮ ਮੰਨਿਆ ਜਾਂਦਾ ਹੈ ਹਾਲਾਂਕਿ ਤੁਹਾਨੂੰ ਟਿਕਟ ਪ੍ਰਾਪਤ ਕਰਨ ਲਈ ਤੁਹਾਡੀ ਖੁਸ਼ਕਿਸਮਤ ਹੋਣਾ ਜ਼ਰੂਰੀ ਹੈ ਕਿਉਂਕਿ ਸ਼ੋਅ ਦੀਆਂ ਟਿਕਟਾਂ ੜਾ ੜਾ ਫੁੱਲ ਹੋ ਰਹੀਆਂ ਨੇ ਸੋ ਉੱਥੇ ਹੀ ਕਤਲਦਾਰ ਹਾਸੋ ਦਾ ਬਕਿੰਗਮ ਬਾਡਰਜ਼ ਅਤੇ ਕਮੇਡੀ ਖੇਲ ਖੇਲੇ ਵਿੱਚ ਜਲੰਧਰ ਦੇ ਸਿਨੇਮਾ ਘਰਾਂ ਵਿੱਚ ਚੱਲ ਰਹੇ ਹੋਰ ਹਿੰਦੀ ਸਰਲੇਖ ਐਕਸ਼ਨ ਥ੍ਰਿਲਰਾਂ ਯੁੱਧਰਾ ਅਤੇ ਰੋਮਾਂਟਿਕ ਫਿਲਮਾਂ ਕਹਾਂ ਸ਼ੁਰੂ ਕਹਾਂ ਖਤਮ ਨੇ ਸਿਆਲੀਆਂ ਆਦੇਵ ਵਿਪੰਤਾ ਨੂੰ ਜੋੜਿਆ ਜੇਕਰ ਪੰਜਾਬੀ ਤੁਹਾਡੀ ਚੋਣ ਹੈ ਤਾਂ ਗਿੱਪੀ ਗਰੇਵਾਲ ਦੇ ਅਦੇਸ਼ਤ ਅਰਦਾਸ ਸਰਬੱਤ ਦੇ ਭਲੇ ਦੀ ਅਤੇ ਬੱਬੂ ਮਾਨ ਸਟਾਰਡ ਸੁੱਚਾ ਸੂਰਮਾ ਵੀ ਉੱਥੇ ਹੀ ਬੀਬੀ ਰਜਨੀ ਰੂਪੀ ਗੇਲ ਅਤੇ ਜੋਸ਼ ਸਿੰਘ ਅਤੇ ਗਾਂਧੀ 3 ਯਾਰਾਂ ਦਾ ਯਾਰ ਦੇਵ ਖਰੋੜ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ